ਦੈਨਿਕ ਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹੀ ਮਨ ਸਿੰਘ ਦਿਗਪਾਲ। ਚੋਣਾਂ ਜਿੱਤਣ ਤੋਂ ਬਾਅਦ ਕੁਝ ਨੁਮਾਇੰਦੇ ਅਜਿਹੇ ਨੇ ਜੋ ਆਪਣੀ ਬਿਆਨਬਾਜ਼ੀ ਕਰਕੇ ਚਰਚਾਵਾਂ ਦੇ ਵਿੱਚ ਰਹਿੰਦੇ ਨੇ। ਤਾਜ਼ਾ ਇੱਕ ਬਿਆਨ ਆਇਆ ਸ਼ੇਰ ਸਿੰਘ ਘੁਬਾਇਆ ਦਾ, ਜੋ ਹੁਣੇ ਹੁਣੇ ਮੈਂਬਰ ਆਫ ਪਾਰਲੀਮੈਂਟ ਬਣੇ ਨੇ, ਤਾਂ ਉਹਨਾਂ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਜੋ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋਈ ਹੈ, ਜਿਹਦੇ ਵਿੱਚ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿਨ੍ਹਾਂ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਨੇ, ਮੈਂ ਉਹਨਾਂ ਦੀ ਪਹਿਚਾਣ ਹੈ ਜਿਹੜੀ ਉਹ ਕਰ ਲਿੱਤੀ ਗਈ ਹੈ, ਤਾਂ ਉਹਨਾਂ ਦੇ ਕੰਮ ਜਿਹੜੇ ਕਿ ਪਹਿਲ ਦੇ ਆਧਾਰ 'ਤੇ ਹੋਣਗੇ, ਬਾਕੀਆਂ ਦੇ ਦੇਖਾਂਗੇ ਕੰਮ ਕਰਨੇ ਹੈ ਜਾਂ ਫਿਰ ਨਹੀਂ। ਤਾਂ ਇਸੇ ਵਿਸ਼ੇ 'ਤੇ ਵੱਖ ਵੱਖ ਪਾਰਟੀਆਂ ਦੇ ਵੱਲੋਂ ਜਿਹੜੀ ਕਿ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ, ਤਾਂ ਜ਼ਿਆਦਾਤਰ ਲੋਕਾਂ ਦਾ ਇਹੀ ਕਹਿਣਾ ਕਿ ਅਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਆ, ਉਹ ਕਰਨਾ ਚਾਹੀਦਾ। ਵੋਟਰ ਜਿਹੜੇ ਹੁੰਦੇ ਨੇ ਉਹ ਸਾਰੇ ਹੁੰਦੇ, ਜੇਕਰ ਤੁਹਾਨੂੰ ਵੋਟਰਾਂ ਨੇ ਜਿਤਾ ਕੇ ਮੈਂਬਰ ਆਫ ਪਾਰਲੀਮੈਂਟ ਬਣਾਇਆ ਹੈ, ਤਾਂ ਤੁਹਾਨੂੰ ਸਾਰਿਆਂ ਦੇ ਕੰਮ ਕਰਨੇ ਚਾਹੀਦੇ ਨੇ, ਨਾ ਕਿ ਕੁਝ ਖਾਸ ਖਾਸ ਲੋਕਾਂ ਦੀ। ਤਾਂ ਇਸੇ ਵਿਸ਼ੇ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਜੀ ਮੌਜੂਦ ਨੇ। ਸਿੱਧੂ ਸਾਹਿਬ, ਤੁਹਾਨੂੰ ਵੀ ਲੋਕਾਂ ਨੇ ਜਿਤਾ ਕੇ ਅਸੈਂਬਲੀ 'ਚ ਭੇਜਿਆ ਹੈ, ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਜਦੋਂ ਚੋਣਾਂ ਹੁੰਦੀਆਂ ਨੇ, ਹਰ ਇੱਕ ਵੋਟਰ ਦੇ ਵੱਲੋਂ ਆਪੋ ਆਪਣੇ ਪਸੰਦੀਦਾ ਉਮੀਦਵਾਰ ਨੂੰ, ਪਸੰਦੀਦਾ ਪਾਰਟੀਆਂ ਨੂੰ ਜਿਹੜੀਆਂ ਕਿ ਵੋਟਾਂ ਨੇ ਪਾਈਆਂ ਜਾਂਦੀਆਂ, ਪਰ ਜਦੋਂ ਇੱਕ ਨੁਮਾਇੰਦਾ ਚੁਣਿਆ ਜਾਂਦਾ, ਉਹ ਫਿਰ ਸਾਰੇ ਵੋਟਰਾਂ ਦਾ ਹੋ ਜਾਂਦਾ, ਨਾ ਕਿ ਕੁਝ ਖਾਸ ਵੋਟਰਾਂ ਦਾ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤੁਹਾਡੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਹੜਾ ਸ਼ੇਰ ਸਿੰਘ ਘੁਬਾਇਆ, ਬੜੇ ਸੀਨੀਅਰ ਅਤੇ ਮੈਨੂੰ ਲੱਗਦਾ ਤੀਸਰੀ ਚੌਥੀ ਵਾਰੀ MP ਬਣੇ ਨੇ, ਉਹਨਾਂ ਦਾ ਜਿਹੜਾ ਇਹ ਬਿਆਨ ਹੈ ਬਹੁਤ ਹੀ ਨਿੰਦਣਯੋਗ ਹੈ, ਜਿਹਦੇ ਨਾਲ ਕਾਂਗਰਸ ਪਾਰਟੀ ਦਾ ਲੋਕ ਵਿਰੋਧੀ ਚਿਹਰਾ ਉਹ ਜਿਹੜਾ ਨੰਗਾ ਹੋਇਆ। ਤੁਸੀਂ ਸਵੇਰ ਤੋਂ ਸ਼ਾਮ ਤੱਕ ਇੱਥੇ ਦੇਖ ਲਿਓ, ਮੈਂ ਨਿਵੀਂ ਪਾ ਕੇ ਕੰਮ ਕਰਦਾ, ਮੇਰਾ ਸਟਾਫ ਵੀ ਨਿਵੀਂ ਪਾ ਕੇ ਕੰਮ ਕਰਦਾ, 1,82,000 ਲੋਕਾਂ ਦਾ ਮੈਂ ਵੀ ਨੁਮਾਇੰਦਾ। ਪਰ ਮੈਂ ਤਾਂ ਕਦੇ ਇਹ ਨਹੀਂ ਕਿਹਾ ਵੀ ਜਿਹੜੇ ਕਾਂਗਰਸੀ ਨੇ ਮੈਨੂੰ ਵੋਟ ਨਹੀਂ ਪਾਈ ਜਾਂ ਭਾਜਪਾਈਆਂ ਨੇ ਨਹੀਂ, ਅਕਾਲੀ ਦਲ ਨੇ ਨਹੀਂ ਪਾਈ, ਮੈਂ ਉਹਨਾਂ ਦੇ ਕੰਮ ਨਹੀਂ ਕਰੂੰਗਾ ਅਤੇ ਮੈਂ ਸਿਰਫ ਆਮ ਆਦਮੀ ਪਾਰਟੀ ਦੇ ਕੰਮ ਕਰ। ਇਹ ਲੋਕਤੰਤਰ ਥੋੜ੍ਹਾ, ਇਹ ਤਾਂ ਇਹ ਕਹਿ ਲਓ ਵੀ ਨਾਦਰਸ਼ਾਹੀ ਫਰਮਾਨ ਹੈ, ਕਿਸੇ ਚੁਣੇ ਵਿਅਕਤੀ ਵੱਲੋਂ ਅਜਿਹਾ ਸ਼ਬਦ ਵਰਤਣਾ ਬਹੁਤ ਹੀ ਮਾੜੀ ਸ਼ਬਦਾਵਲੀ ਹੈ। ਸਰ, ਜਿਵੇਂ ਪਹਿਲਾਂ ਕਿਹਾ ਕਿ ਹੱਡਾ ਮੈਂ ਵੋਟ ਪਾਉਣ ਦਾ ਸਭ ਦਾ ਅਧਿਕਾਰ ਹੈ, ਹਰ ਇੱਕ ਨੇ ਆਪਣੀ ਪਸੰਦੀਦਾ ਅਤੇ ਪਸੰਦੀਦਾ ਉਮੀਦਵਾਰ ਜਾਂ ਫਿਰ ਪਸੰਦੀਦਾ ਕੈਂਡੀਡੇਟ ਨੂੰ ਪਾਰਟੀ ਨੂੰ ਵੋਟ ਪਾਉਣੀ ਹੁੰਦੀ ਹੈ, ਪਰ ਜਦੋਂ ਉਹਨਾਂ ਸਾਰਿਆਂ ਵਿੱਚ ਇੱਕ ਨੁਮਾਇੰਦਾ ਜਿੱਤ ਜਾਂਦਾ, ਉਹ ਫਿਰ ਪਾਰਟੀ ਦਾ ਨਹੀਂ ਰਹਿ ਜਾਂਦਾ, ਉਹ ਪੂਰੇ ਹਲਕੇ ਦਾ ਹੋ ਜਾਂਦਾ, ਕਿ ਲੱਗਦਾ ਨਹੀਂ ਕਿ ਉਸਨੂੰ ਇਹੋ ਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ? ਦੇਖੋ, ਜਦੋਂ ਕੋਈ ਵਿਧਾਇਕ ਕੋਈ ਮੈਂਬਰ ਪਾਰਲੀਮੈਂਟ ਚੁਣਿਆ ਜਾਵੇ, ਉਹ ਜਿੰਨੇ ਵੀ ਕੰਸਟੀਚੁਐਂਸੀ ਦੇ ਵਿੱਚ ਜਾਂ ਲੋਕ ਸਭਾ ਹਲਕੇ ਵਿੱਚ ਵੋਟਰ ਹੁੰਦੇ ਨੇ, ਉਹ ਸਾਰਿਆਂ ਦਾ ਨੁਮਾਇੰਦਾ ਬਣ ਜਾਂਦਾ। ਉਹ ਸਾਰਿਆਂ ਦਾ ਹੀ ਕੰਮ ਕਰਨ ਦਾ ਉਹਦਾ ਇੱਕ ਇਲਾਕੀ ਤੌਰ 'ਤੇ ਫਰਜ਼ ਹੈ, ਕਿਉਂਕਿ ਉਹਦੇ ਵਿੱਚ ਜਿੱਥੇ ਉਹਨੂੰ ਏਡੀਆਂ ਵੱਡੀਆਂ ਸਹੂਲਤਾਂ ਮਿਲਦੀਆਂ ਅਤੇ ਤਨਖਾਹ ਬਹੁਤ ਵਧੀਆ ਮਿਲਦੀ ਹੈ, ਉਹਨੂੰ ਇਹ ਕਹਿਣਾ ਵੀ ਮੈਂ ਤਾਂ ਚੁਣੇ ਹੋਏ ਲੋਕਾਂ ਦੇ ਕੰਮ ਕਰੂੰਗਾ, ਪਸੰਦੀ ਦੇ ਬੰਦੇ ਦੇ ਕੰਮ ਕਰੂੰਗਾ, ਬਹੁਤ ਮਾੜਾ। ਅਜਿਹੇ ਬਿਆਨਾਂ ਤੋਂ ਗੁਰੇਜ਼ ਕਰਨੀ ਚਾਹੀਦਾ। ਘੁਬਾਇਆ ਸਾਹਿਬ ਬਹੁਤ ਸੀਨੀਅਰ ਆਗੂ ਨੇ, ਉਹਨਾਂ ਨੂੰ ਇਹ ਸ਼ਬਦ ਨਹੀਂ ਕਹਿਣਾ ਚਾਹੀਦਾ। ਸਾਹਿਬ, ਹੁਣ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਲੋਕ ਸਭਾ ਇਲੈਕਸ਼ਨ ਜਿਹੜੇ ਕਿ ਹੋ ਕੇ ਹਟੇ ਨੇ, 13-0 ਦਾ ਨਾਰਾ ਦਿੱਤਾ ਗਿਆ ਸੀ ਭਗਵੰਤ ਮਾਨ ਦੇ ਵੱਲੋਂ, ਪਰ 3 ਸੀਟਾਂ 'ਤੇ ਸਿਮਟ ਕੇ ਰਹਿ ਗਏ, ਮੰਥਨ ਮੀਟਿੰਗਾਂ ਵੀ ਲਗਾਤਾਰ ਹੋਈਆਂ ਨੇ, ਅੱਗੇ ਵਾਸਤੇ ਵੀ ਹੋ ਰਹੀਆਂ, ਕੀ ਹੁਣ ਅੱਗੇ ਵਾਸਤੇ ਰਣਨੀਤੀ ਕੀ ਬਣਾਈ? ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲੰਧਰ ਵੈਸਟ ਦੇ ਵਿੱਚ ਵੀ ਉਪਚੁਣਾਵ ਆਉਣ ਵਾਲੇ ਨੇ, ਜ਼ਿਲ੍ਹਾ ਪ੍ਰੀਸ਼ਦ ਪ੍ਰੀਸ਼ਦ ਕੌਂਸਲ ਦੇ ਚੁਣਾਵ ਵੀ ਆ ਰਹੇ, ਇਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਜਾ ਰਹੀ ਹੈ? ਦੇਖੋ, ਜਿਹੜਾ ਸਾਡੀ ਪੰਜਾਬ ਦੀ ਜਨਤਾ ਉਹਦੇ ਫਤਵੇ ਨੂੰ ਅਸੀਂ ਸਲੂਟ ਕਰਦੇ ਹਾਂ, ਜਿੱਥੇ ਕਿਤੇ ਕਮੀਆਂ ਰਹੀਆਂ ਉਹਨੂੰ ਸੁਧਾਰਨ ਦਾ ਯਤਨ ਕਰਾਂਗੇ। ਮੁੱਖ ਮੰਤਰੀ ਸਾਹਿਬ ਨੇ ਸਾਡੀ ਲੁਧਿਆਣੇ ਸ਼ਹਿਰ ਦੀ ਅਤੇ ਜਿਹੜਾ ਜਲੰਧਰ ਸ਼ਹਿਰ ਦੇ MLA ਸਾਹਿਬਾਨਾਂ ਦੀ, ਹਲਕਾ ਇੰਚਾਰਜਾਂ ਦੇ, ਵਿਧਾਇਕ ਜਿਹੜੇ ਨੇ ਪ੍ਰਧਾਨ, ਉਹਨਾਂ ਦੀ ਮੀਟਿੰਗ ਕਰੀ ਸੀ, ਉਹਦੇ ਵਿੱਚ ਮੰਥਨ ਵੀ ਹੋਇਆ ਅਤੇ ਕੁਛ ਤਾੜਨਾ ਵੀ ਹੋਈਆਂ ਨੇ, ਜਿੱਥੇ ਜਿੱਥੇ ਆਪਣੀ ਕਮੀ ਰਹੀ ਹੈ, ਨਲੈਕੀ ਰਹੀ ਹੈ, ਉਹਨੂੰ ਦੂਰ ਕਰਨ ਦੇ ਆਦੇਸ਼ ਵੀ ਜਾਰੀ ਹੋਏ ਨੇ। ਆਫਿਸਰ ਸਾਹਿਬਾਨਾਂ ਨੂੰ ਵੀ ਬੜੀ ਜਲਦੀ, ਚਾਹੇ ਬਿਜਲੀ ਮਹਿਕਮੇ ਦੀ ਗੱਲ ਕਰੀਏ, ਵਾਟਰ ਸਪਲਾਈ ਦੀ ਗੱਲ ਕਰੀਏ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬਿਜਲੀ ਦੇ ਲੰਬੇ ਕੱਟ, ਮੈਂ ਸਮਝਦਾ ਵੀ ਉਹ ਕਿਤੇ ਨਾ ਕਿਤੇ ਉਹਦਾ ਲੋਕਾਂ ਦੇ ਮਨ ਦੇ ਵਿੱਚ ਰੋਸ ਸੀ। ਦੂਸਰਾ ਫੰਡਾ ਸੀਗਾ ਰਾਮ ਮੰਦਿਰ ਦਾ, ਕਿਉਂਕਿ ਰਾਮ ਮੰਦਿਰ ਦੇ ਨਾਂ 'ਤੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਇੱਕ ਧਾਰਮਿਕ ਬਿਰਤੀ ਵਾਲੇ ਲੋਕ ਨੇ, ਬੜੀ ਜਲਦੀ ਮੈਂ ਕਹਿੰਦਾ ਗੱਲਾਂ 'ਚ ਆ ਜਾਂਦੇ ਨੇ, ਉਹਨਾਂ ਨੇ ਰਾਮ ਮੰਦਿਰ ਦੇ ਨਾਂ 'ਤੇ ਵੋਟ ਪਾਈ, ਉਹਦੇ ਕਰਕੇ ਕਿਤੇ ਨਾ ਕਿਤੇ ਜਿਹੜੀ ਇੱਕ
ਦੋ ਹਲਕਿਆਂ ਵਿੱਚ ਚਾਹੇ ਅਸੀਂ ਫਰੀਦਕੋਟ ਦੀ ਗੱਲ ਕਰੀਏ ਜਾਂ ਖਡੂਰ ਸਾਹਿਬ ਦੀ ਗੱਲ ਕਰੀਏ, ਉੱਥੇ ਜਿਹੜੀ ਇੱਕ ਲਹਿਰ ਚੱਲੀ ਸੀ ਅਲੱਗ ਤਰ੍ਹਾਂ ਦੀ, ਉਹਦੇ ਨਾਲ ਜਿਹੜੀਆਂ ਦੋ ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਦਾ ਨੁਕਸਾਨ ਹੋਏ, ਸਾਡੇ ਦੋਨੇ ਕੈਂਡੀਡੇਟ ਜਿਹੜੇ ਵਿਨਿੰਗ ਸੀਗੇ, ਉਹਦੇ ਕਰਕੇ ਜਿਹੜੀ ਵੀ ਹੈ ਬਾਕੀ ਲੋਕਾਂ ਦਾ ਜਿਹੜਾ ਫਤਵਾ ਉਹਨੂੰ ਸਲਾਮ ਕਰਦੇ ਹਾਂ ਅਤੇ ਕੋਸ਼ਿਸ਼ ਕਰਾਂਗੇ ਜਿਹੜੀਆਂ ਕਮੀਆਂ ਰਹੀਆਂ ਨੇ ਜਾਂ ਲੋਕ ਕਹਿਣਗੇ ਪੋਰਟਲ 'ਤੇ ਮੁੱਖ ਮੰਤਰੀ ਸਾਹਿਬ ਦੇ ਜਾਂ ਸਾਡੇ ਧਿਆਨ 'ਚ ਆਉਣਗੇ ਉਹਨੂੰ ਦੂਰ ਕਰਨ ਦਾ ਯਤਨ ਕਰਾਂਗੇ। ਤੁਸੀਂ ਗੱਲ ਕਰੀਏ ਜਿਹੜੀਆਂ ਕਾਰਪੋਰੇਸ਼ਨ ਚੋਣਾਂ ਜਾਂ ਹੁਣ ਜ਼ਮੀਨੀ ਚੋਣ ਆ ਰਹੀ ਹੈ ਜਲੰਧਰ ਦੀ, ਉਹਦੀ ਸਾਡੀ ਹਰ ਪ੍ਰਕਾਰ ਦੀ ਤਿਆਰੀ ਹੈ ਅਤੇ 100% ਮੇਅਰ ਲੁਧਿਆਣੇ ਸ਼ਹਿਰ ਦੇ ਵਿੱਚ ਅਤੇ ਜਲੰਧਰ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਦਾ ਸਿਰ ਉੱਚਾ ਕਰਾਂਗੇ। ਸੀਤੂ ਲੌਂਗੋਵਾਲ ਜੋ ਪਹਿਲਾਂ ਤੁਹਾਡੀ ਪਾਰਟੀ ਤੋਂ ਵਿਧਾਇਕ ਸੀਗੇ ਹੁਣ ਭਾਜਪਾ ਸ਼ਾਮਿਲ ਹੋ ਚੁੱਕੇ ਨੇ, ਉਹਨਾਂ ਦੇ ਅਸਤੀਫੇ 'ਤੇ ਵੀ ਕਈ ਸਾਰੇ ਸਵਾਲ ਚੁੱਕ ਰਹੇ ਨੇ ਵਿਰੋਧੀ ਪਾਰਟੀਆਂ। ਕਿਹਾ ਜਾ ਰਿਹਾ ਕਿ 5 ਜ਼ਿਮਨੀਆਂ ਚੋਣਾਂ ਹੋਣੀਆਂ ਚਾਹੀਦੀ ਸੀ, ਨਾ ਕਿ 1 ਜ਼ਿਮਨੀ ਚੋਣ ਹੋਣੀ ਚਾਹੀਦੀ, ਕਿਉਂਕਿ 1 ਜ਼ਿਮਨੀ ਚੋਣ ਹੀ ਕਿਉਂ ਚਲਾਈ ਜਾ ਰਹੀ ਹੈ। ਦੂਜੇ ਪਾਸੇ ਵੀ ਕਿਹਾ ਜਾ ਰਿਹਾ ਕਿ ਭਗਵੰਤ ਮਾਨ ਹੁਣ ਜਲੰਧਰ ਵੈਸਟ ਦੇ ਵਿੱਚ ਇੱਕ ਕਿਰਾਏ 'ਤੇ ਕੋਠੀ ਲੈ ਕੇ ਉੱਥੇ ਹੀ ਰਹਿ ਰਹੇ ਨੇ ਕਿ ਹੁਣ ਸਾਰੀ ਫੋਕਸ ਆ ਜਿਹੜਾ ਕਿ ਜਲੰਧਰ ਵੈਸਟ ਦੇ ਵਿੱਚ ਦਿੱਤਾ ਜਾ ਰਿਹਾ। ਨਹੀਂ, ਇਹ ਜਲੰਧਰ ਦਾ ਨਹੀਂ, ਉਹਨਾਂ ਨੇ ਕਿਹਾ ਵੀ ਮੈਂ ਜਲੰਧਰ ਤੌਰ 'ਤੇ ਪੱਕੇ ਤੌਰ 'ਤੇ ਰਹੂੰਗਾ, ਇੱਕ ਕੋਠੀ ਮੇਰੀ ਸੰਗਰੂਰ ਹੋਊਗੀ, ਇੱਕ ਮੇਰੀ ਕੋਠੀ ਹੈ ਜਿਹੜੀ ਜਿਹੜਾ ਚੰਡੀਗੜ੍ਹ ਨਿਵਾਸ ਹੋਊਗਾ, ਅਤੇ ਇੱਕ ਜਲੰਧਰ, ਕਿਉਂਕਿ ਜਲੰਧਰ ਨੂੰ ਵੀ ਕਹਿੰਦੇ ਮੈਂ ਮਿੰਨੀ ਰਾਜਧਾਨੀ ਬਣਾਊਂਗਾ, ਕਿਉਂਕਿ ਦੁਆਬੇ ਦੇ ਵਿੱਚ ਜਿਹੜੇ ਸਾਡੇ ਬਹੁਤ NRI ਵੀਰ ਬਾਹਰ ਨੇ ਉਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਆ ਕੰਮਾਂ ਦੇ ਵਿੱਚ ਵੱਡੀ ਦਿੱਕਤ ਆਉਂਦੀ ਹੈ। ਇਸ ਪਾਸੇ ਮੁੱਖ ਮੰਤਰੀ ਸਾਹਿਬ ਦੀ ਆਮਦ ਬਹੁਤ ਜ਼ਰੂਰੀ ਸੀ, ਮੈਂ ਜਿੱਥੇ ਕਹਿੰਦਾ ਸਵਾਗਤ ਕਰਦਾ, ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਕਿ ਉਹ ਹਰੇਕ ਹਲਕੇ ਦਾ, ਹਰੇਕ ਏਰੀਆ ਦਾ, ਚਾਹੇ ਮਾਝਾ, ਮਾਲਵਾ, ਦੁਆਬਾ, ਸਭ ਨੂੰ ਬਰਾਬਰ ਰੱਖ ਕੇ ਚੱਲਦੇ ਨੇ, ਅਤੇ ਮੈਂ ਸਮਝਦਾ ਵੀ ਉਹ ਦਿਨ ਦੂਰ ਨਹੀਂ ਜਦੋਂ ਆ ਜਿਹੜੀਆਂ ਜ਼ਿਮਨੀ ਚੋਣਾਂ ਆ ਰਹੀਆਂ ਇਹਦੇ ਵਿੱਚ ਵੱਡੀ ਲੀਡ ਨਾਲ ਜਿਹੜੀ ਆਮ ਆਦਮੀ ਪਾਰਟੀ ਜਿੱਤ ਕੇ ਲੋਕ ਫਤਵੇ ਦਾ ਜਿੱਥੇ ਆਹ ਜਿਹੜਾ ਹੁਣ ਦਿੱਤਾ ਇਹਦਾ ਜਿਹੜੀ ਸਲਾਮ ਵੀ ਕਰਾਂਗੇ, ਅਤੇ ਉੱਥੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਯਤਨ ਮੁੱਖ ਮੰਤਰੀ ਸਾਹਿਬ ਨੇ ਆਰੰਭ ਕਰਿਆ ਪੰਜਾਬ ਦੀ ਜਨਤਾ ਦੇ ਆਸ਼ੀਰਵਾਦ ਨਾਲ, ਉਹਦੇ 'ਤੇ ਅਸੀਂ ਖਰੇ ਉਤਰਾਂਗੇ। ਸਰ, ਕਾਰਪੋਰੇਸ਼ਨ ਚੋਣਾਂ ਦੀ ਗੱਲ ਕਰੀਏ ਤਾਂ ਕਾਫੀ ਲੰਬੇ ਸਮੇਂ ਤੋਂ ਡਿਲੇ ਚੱਲ ਰਹੀਆਂ ਨੇ, ਹਾਊਸ ਭੰਗ ਹੋਇਆ ਹੋਇਆ, ਤਾਂ ਬਾਕੀ ਪਾਰਟੀ ਮੰਗ ਕਰੀ ਵੀ ਸਰਕਾਰ ਇਲੈਕਸ਼ਨ ਕਿਉਂ ਨਹੀਂ ਕਰਵਾ ਰਹੀ, ਡਿਲੇ ਕਿਉਂ ਹੋ ਰਹੇ ਨੇ ਇਲੈਕਸ਼ਨ? ਦੇਖੋ, ਵਾਰਡਬੰਦੀ ਦੇ ਖਿਲਾਫ਼ ਕੋਰਟ ਦੇ ਵਿੱਚ ਆਮ ਆਦਮੀ ਪਾਰਟੀ ਤਾਂ ਨਹੀਂ ਗਈ, ਜਿਹੜੀ ਪਾਰਟੀ ਗਈ ਹੈ ਸਾਡੀ ਤਾਂ ਅੱਜ ਵੀ ਤਿਆਰੀ ਹੈ, ਸਵੇਰੇ ਇਲੈਕਸ਼ਨ ਕਮਿਸ਼ਨ ਕਹੇ ਸਾਡੀ ਹਰ ਪ੍ਰਕਾਰ ਦੀ ਤਿਆਰੀ ਹੈ, ਸਾਡੇ ਫੌਜੀ, ਕਿਉਂਕਿ ਆਮ ਆਦਮੀ ਪਾਰਟੀ ਅੰਦੋਲਨ 'ਚੋਂ ਨਿਕਲੀ ਪਾਰਟੀ ਹੈ, ਹਰ ਪ੍ਰਕਾਰ ਦੀ ਤਿਆਰੀ ਹੈ, ਜਿਹੜਾ ਵੀ ਮੈਚ ਪਊਗਾ ਉਹਦੀ ਹਰ ਪ੍ਰਕਾਰ ਦੀ ਤਿਆਰੀ ਕਰਕੇ ਵਧੀਆ ਤਰੀਕੇ ਨਾਲ ਜਿਹੜੀਆਂ ਕਾਰਪੋਰੇਸ਼ਨ ਚੋਣਾਂ ਵੀ ਜਿੱਤਾਂਗੇ, ਜਿੰਨੀਆਂ ਨਗਰ ਕੌਂਸਲ, ਸਰਪੰਚ, ਕਿਉਂਕਿ ਪੰਜਾਬ ਦੇ ਵਿੱਚ ਪਹਿਲੇ ਮੁੱਖ ਮੰਤਰੀ ਸਾਬਤ ਹੋਏ ਨੇ ਸਰਦਾਰ ਭਗਵੰਤ ਸਿੰਘ ਮਾਨ, ਜਿਹੜੇ ਲੋਕਾਂ ਦੇ ਲੋਕ ਨਾਇਕ ਵਜੋਂ ਜਿਹੜੇ ਉੱਭਰ ਕੇ ਸਾਹਮਣੇ ਆਏ ਨੇ, ਸਰਦਾਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀਆਂ ਨੀਤੀਆਂ ਜਿਨ੍ਹਾਂ ਨੇ ਪੰਜਾਬ ਦੇ ਨਹੀਂ ਪੂਰੇ ਭਾਰਤ ਵਿੱਚ ਰਾਜਨੀਤੀ ਦੇ ਮਾਇਨੇ ਬਦਲੇ ਨੇ, ਸੇਵਾ ਦੇ ਵਿੱਚ ਉਹਨੂੰ, ਉਸ ਕੁਰਸੀ ਨੂੰ ਸੇਵਾ ਦੇ ਰੂਪ ਵਿੱਚ ਵਿਕਸਿਤ ਕੀਤਾ। ਮੈਂ ਸਮਝਦਾ ਵੀ ਉਹਦੇ ਲਈ ਜਿੱਦਾਂ ਸਮੁੱਚਾ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਾਲ ਹੈ, ਉੱਥੇ ਸਾਡੇ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਇੱਕ ਨਾਦਰਸ਼ਾਹੀ ਫਰਮਾਨਾਂ ਦੇ ਬਿਨਾਂ ਕਿਸੇ ਪ੍ਰੂਫ ਦੇ ਤਹਿਤ ਜਿਹੜਾ ਜੇਲ੍ਹ ਵਿੱਚ ਡੱਕਿਆ, ਉਹ ਸਾਰੇ ਲੋਕ ਉਹਨਾਂ ਦੇ ਨਾਲ ਨੇ, ਅਤੇ ਦਿਨ ਦੂਰ ਨਹੀਂ ਜਦੋਂ ਉਹ ਵੀ ਬਾਇੱਜ਼ਤ ਬਰੀ ਹੋ ਕੇ ਰਿਹਾਅ ਹੋ ਕੇ ਬਾਹਰ ਆਉਣ। ਸਰ, ਇੱਕ ਆਖਰੀ ਸਵਾਲ ਹੈ, ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੋਏ ਨਜ਼ਰ ਆਏ ਸੀ ਵੀ ਅਸੀਂ ਚੋਣਾਂ ਤੋਂ ਬਾਅਦ, ਅਸ਼ੋਕ ਪ੍ਰਾਚੀ ਪੱਪੀ ਵੀ ਕਹਿ ਰਹੇ ਸੀ ਵੀ ਚੋਣਾਂ ਤੋਂ ਬਾਅਦ ਕੁਝ ਹੀ ਦੇਰ ਦੇ ਵਿੱਚ ਮਹਿਲਾਵਾਂ ਨੂੰ ਜਿਹੜਾ ਕਿ 1000 ਰੁਪਇਆ, ਉਹ 1100 ਰੁਪਇਆ, 100 ਰੁਪਇਆ ਵਧਾ ਕੇ 1100 ਰੁਪਇਆ ਉਹ ਸ਼ੁਰੂ ਕਰ ਦਿੰਦੇ, ਕੀ ਲੱਗਦਾ ਕਿ ਹੁਣ ਉਹ ਕਦ ਤੱਕ ਉਹ ਮਹਿਲਾਵਾਂ ਦੇ ਖਾਤੇ ਦੇ ਵਿੱਚ 1000 ਰੁਪਇਆ, ਕਿਉਂਕਿ ਮਹਿਲਾਵਾਂ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੋ ਕਿ ਪਹਿਲਾਂ ਕਿਹਾ ਸੀ ਵੀ ਪਹਿਲਾਂ ਗਰੰਟੀਆਂ ਪੂਰੀਆਂ ਕੀਤੀਆਂ ਗਈਆਂ, ਪਰ 1000 ਰੁਪਏ ਦੀ ਗਰੰਟੀ ਉਹ ਕਦੋਂ ਪੂਰੀ ਕੀਤੀ ਜਾਵੇਗੀ? ਬਿਲਕੁਲ, ਤੁਸੀਂ ਬਹੁਤ ਵਧੀਆ ਸਵਾਲ ਕਰਿਆ, ਕਿਉਂਕਿ ਚੋਣਾਂ ਦੇ ਦੌਰਾਨ ਮੈਂ ਆਪਣੇ ਹਲਕੇ 'ਚ ਵੀ ਗਿਆ, ਹੋਰ ਹਲਕਿਆਂ 'ਚ ਵੀ ਜਾਣ ਦਾ ਮੌਕਾ ਮਿਲਿਆ, ਪਰ ਮੈਂ ਧੰਨਵਾਦ ਕਰਦਾ ਆਪਣੇ ਜਿਹੜੇ ਹਲਕੇ ਦੀਆਂ, ਸਮੁੱਚੇ ਪੰਜਾਬ ਦੀਆਂ ਮਾਤਾਵਾਂ ਭੈਣਾਂ ਦਾ, ਜਿਨ੍ਹਾਂ ਨੇ ਇੱਕ ਵਾਰੀ ਵੀ ਕਿਸੇ ਮਾਈਕ ਦੇ ਵਿੱਚ ਕਿਸੇ ਵੀ ਭਾਸ਼ਣ ਦੇ ਦੌਰਾਨ ਇਹ ਨਹੀਂ ਕਿਹਾ ਵੀ ਸਾਨੂੰ ਪੈਸੇ ਦਿਓ, ਕਿਉਂਕਿ ਉਹਨਾਂ ਨੂੰ ਪਤਾ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡਾ ਆਪਦਾ ਪਰਿਵਾਰਕ ਮੈਂਬਰ ਹੈ,
ਜਿਹਨੇ ਬਿਜਲੀ ਦੇ ਨਾਂ 'ਤੇ ਬਹੁਤ ਵੱਡੀ ਰਾਹਤ ਦਿੱਤੀ ਹੈ। ਜਿਹਦਾ ਪਰਿਵਾਰ ਦਾ 4000 ਬਿੱਲ ਆਉਂਦਾ ਸੀ ਉਹਨੂੰ ਅੱਜ ਫ੍ਰੀ ਬਿਜਲੀ ਮਿਲ ਰਹੀ ਹੈ। ਤੁਸੀਂ ਦੇਖਿਆ ਵੀ ਰਿਕਾਰਡ ਤੋੜ ਜਿਹੜੀ ਏਸੀਆਂ ਦੀ ਸੇਲ ਹੋਈ ਹੈ ਪੰਜਾਬ ਦੇ ਵਿੱਚ। ਉਹਦੇ ਕਰਕੇ ਪੰਜਾਬ ਨੂੰ ਲੱਗਦਾ ਵੀ ਜਿਹੜਾ ਸਾਡਾ ਪਹਿਲੀ ਵਾਰੀ ਸਾਡਾ ਮੁੱਖ ਮੰਤਰੀ ਬਣਿਆ, ਜਿਹਨੂੰ 4000 ਪਹਿਲਾਂ ਮਿਲ ਜੇ ਉਹ 1000 ਕਦੇ ਨਹੀਂ ਮੰਗੂਗਾ। ਪਰ ਮੈਂ ਇਹਦਾ ਮਤਲਬ ਇਹ ਨਹੀਂ ਵੀ ਮਹਿਲਾਵਾਂ ਮੇਰੀਆਂ ਮਾਤਾਵਾਂ ਭੈਣਾਂ ਨਾਲ ਜੋ ਸਾਡਾ ਵਾਅਦਾ ਕਰਿਆ ਮੁੱਖ ਮੰਤਰੀ ਸਾਹਿਬ ਨੇ ਉਸ ਵਾਅਦੇ ਤੋਂ ਅਸੀਂ ਖਿਲਾਫੀ ਕਰਾਂਗੇ ਨਾ, ਵਾਅਦਾ ਵਫਾ ਹੋਊਗਾ। 1000 ਦਾ 1100 ਕਰਨਾ, ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਅਤੇ ਆਸ ਵੀ ਕਰਦਾ ਬੜੀ ਜਲਦੀ ਜਿਹੜੀਆਂ ਮਾਤਾਵਾਂ ਭੈਣਾਂ ਉਹਨਾਂ ਦੇ ਖਾਤੇ ਵਿੱਚੋਂ ਪੈਸੇ ਆਉਣ ਲੱਗ ਜਾਣ। ਸੋ ਬਿਲਕੁਲ, ਇਹ ਸਨ ਹਲਕਾ ਆਤਮਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ, ਜੋ ਸਿੱਧੇ ਤੌਰ 'ਤੇ ਸ਼ੇਰ ਸਿੰਘ ਘੁਬਾਇਆ ਦੇ ਬਿਆਨਾਂ ਦੀ ਨਿੰਦਾ ਕਰਦੇ ਹੋਏ ਨਜ਼ਰ ਆ ਰਹੇ ਤੋਂ ਨਾਲ ਇਹ ਵੀ ਕਹਿ ਰਹੇ ਨੇ ਚਾਹੇ ਜਲੰਧਰ ਵੈਸਟ ਜਿਮਨੀ ਚੋਣ ਹੋਵੇ ਜਾਂ ਫਿਰ 4 ਜਿਹੜੇ ਹੋਰ ਵਿਧਾਨ ਸਭਾ ਉਹਨਾਂ ਦੇ ਵਿੱਚ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ, ਤਾਂ ਹਰ ਇੱਕ ਚੋਣਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਜਿਹੜੀ ਕਿ ਉਹ ਜਿੱਤ ਪ੍ਰਾਪਤ ਕਰੇਗੀ। ਕੈਮਰਾ ਪਰਸਨ ਮਨੀਸ਼ ਦੇ ਨਾਲ ਹਿੰਮਤ ਸਿੰਘ ਦਿਕਪਾਲ, ਦੈਨਿਕ ਸਵੇਰਾ, ਲੁਧਿਆਣਾ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।